ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਪਿੱਛੇ ਹੀ ਆ ਸਾਰਾ ਕੰਮ ਜਿਹੜਾ ਹੈਗਾ ਵਾ, ਖੋਏ ਵਾਲਾ ਕੰਮ ਮੇਰੇ ਖਿਆਲ 'ਚ ਨਿਬੜ ਗਿਆ। ਹੁਣ ਆਪਾਂ ਬਣਾਉਣ ਲੱਗੇ ਆ ਪੰਜੀਰੀ। ਇਹ ਪੰਜੀਰੀ ਹੈਗੀ ਆ ਡੈਡੀ ਜੀ ਦੀ ਪੰਜੀਰੀ, ਬੜੀਆਂ ਚੀਜ਼ਾਂ ਪੈਣੀਆਂ ਨੇ ਇਹਦੇ ਵਿੱਚ। ਸੋ ਇਹ ਹੈਗੀ ਆਪਾਂ ਕਾਲੇ ਚਣੇ ਛੋਲੇ ਜਿਹੜੇ ਹੁੰਦੇ ਨੇ। ਮੈਂ ਬੈਤਾਂ ਵਾਂਗੂ ਦੱਸਾਂ, ਇਹ ਨੁਸਖਾ 10,000 ਸਾਲ ਪੁਰਾਣਾ ਨੁਸਖਾ ਵਾ, ਵੈਦ ਸ਼੍ਰੀ ਰਾਘਾਨੰਦ ਪ੍ਰਭੂ ਨੰਦ ਮਹਾਰਾਜ ਜੀ ਦਾ ਨੁਸਖਾ ਹੈ। ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਤੁਸੀਂ ਮਿਲਾ ਕੇ ਖਾ ਲਿਆ, ਸਰੀਰ ਦੇ ਵਿੱਚ ਉਹ ਚੁਸਤੀ ਫੁਰਤੀ ਆ ਜੂਗੀ। 100 ਸਾਲ ਦਾ ਬਾਬਾ ਵੀ ਨੌਜਵਾਨਾਂ ਵਾਂਗੂ ਭੱਜੂਗਾ। ਆ ਜਾਓ ਤੁਹਾਨੂੰ ਸਮਾਨ ਦਿਖਾਈਏ। ਸਭ ਤੋਂ ਪਹਿਲਾਂ ਲੈਣੀ ਆ ਰਾਈ। ਰਾਈ ਕੀ ਹੁੰਦੀ? ਰਾਈ ਥੋੜੀ ਹੋਣੀ ਆ, ਖਸਖਸ ਆ। ਸਭ ਤੋਂ ਪਹਿਲਾਂ ਲੈਣੀ ਖਸਖਸ, ਕਾਲੀ ਖਸਖਸ। ਇਹ ਖਸਖਸ ਵਧੀਆ ਕੁਆਲਿਟੀ ਦੀ ਲੈਣੀ ਆ, ਬਾਜ਼ਾਰਾਂ ਦੇ ਵਿੱਚ ਨਕਲੀ ਬਹੁਤ ਮਿਲਦੀਆਂ ਨੇ। ਫਿਰ ਅਲਸੀ ਹੋ ਗਈ, ਕਾਜੂ ਸਪੈਸ਼ਲੀ ਆਪਾਂ ਇਹ ਸਾਊਦੀ ਅਰਬ ਤੋਂ ਮੰਗਾਏ ਨੇ। ਆਹ ਹੋ ਗਏ ਆਪਣੇ ਫੁੱਲ ਮਖਾਣੇ, ਇਹ ਨਾਗਾਲੈਂਡ ਤੋਂ ਆਏ ਨੇ। ਅਖਰੋਟ ਆਪਣੇ ਪਾਕਿਸਤਾਨ ਤੋਂ ਆਏ ਨੇ। ਮਗਜ ਆਪਣੇ ਅਮਰੀਕਾ ਤੋਂ ਆਏ ਨੇ, ਕਿਉਂਕਿ ਅਮਰੀਕਾ ਵਾਲਿਆਂ ਦਾ ਬਹੁਤ ਦਿਮਾਗ ਆ। ਮਗਜ ਮਾਰਨ ਤੋਂ ਆਏ ਨੇ। ਆਹ ਕੀ ਆ? ਤਿਲ? ਤਿਲ ਚਿੱਟੇ ਕਾਲੇ ਵਿੱਚ ਕਾਲੇ ਵੀ। ਅੱਛਾ, ਕਾਲੇ ਵੀ ਆ? ਦੋਨੇ ਮਿਕਸ ਕੀਤੇ ਨੇ। ਬਸ ਪਤਾ ਨੀ ਜੀ, ਉੱਥੇ ਹੈਗੀ ਇੱਕੋ ਹੀ ਸੀ। ਗੁੜ ਪਾਈਏ ਕਿ ਸ਼ੱਕਰ ਪਾਈਏ? ਗੁੜ ਚ ਜਿਆਦਾ ਵਧੀਆ ਬਣਨਗੀਆਂ। ਓਕੇ, ਇਹਦੇ ਚ ਬਣ ਗਈ। ਇਹ ਇੰਨੀ ਵਧੀਆ ਜੀ, ਇੰਨਾ ਵਧੀਆ ਨੁਸਖਾ, ਤੁਸੀਂ ਵੀਡੀਓ ਦੇਖ ਕੇ ਠੀਕ ਹੋ ਜਾਓਗੇ। ਜਿੱਦਾਂ ਖੰਘ ਜ਼ੁਕਾਮ ਕਿਸੇ ਨੂੰ ਹੁੰਦਾ ਉਹਦੇ ਲਈ ਜ਼ਿਆਦਾ ਵਧੀਆ। ਚਲੋ 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 ਕੁਰਸੀ ਛੱਡੋ। ਮੈਂ ਤੁਹਾਨੂੰ ਨੁਸਖਾ ਦੱਸਦਾ, ਹੁਣ ਬਣਾ ਲੈਣੇ ਬੰਦਿਆਂ ਨੇ, ਆਪੇ ਬਣਾ ਲੈਣਾ। ਠੀਕ ਆ ਜੀ, ਆਪਾਂ ਅੱਜ ਆਪਣੇ ਸ਼ਾਗਿਰਦ ਲਾਏ ਨੇ ਦੱਸਣ ਵਾਸਤੇ ਵੀ ਕਿਵੇਂ ਬਣਾਉਣਾ ਵਾ ਨੁਸਖਾ। ਇਹਦੇ ਨਾਲ ਦੇਖਦੇ ਆ ਜੇ ਡੈਡੀ ਦਾ ਗੋਡਾ ਠੀਕ ਹੁੰਦਾ ਕਿ ਨਹੀਂ। ਗੋਡੇ ਦਾ ਤਾਂ ਇਹਦੇ ਨਾਲ ਕੋਈ ਨਹੀਂ, ਗੋਡੇ ਦਾ ਹੁਣ ਬਈ ਉਹ ਹੋਇਆ ਹੋਇਆ ਉਹਦਾ ਡਾਕਟਰ ਨਾਲ ਕਈ ਸਾਲ ਹੋ ਗਏ ਕਹਿੰਦੇ ਪਵਾ ਲੋ। ਇਹ ਤਾਂ ਤਾਲਕ ਰਹੀ ਆ, ਬਸ ਇਹਦੇ ਨਾਲ ਕੰਮ ਕਰ ਲੈਂਦੇ। ਉਹਦੇ ਤਾਂ ਹੱਡੀਆਂ ਹੁੱਡੀਆਂ ਇਹ ਵੈਸੇ ਸਰਦੀਆਂ ਤੋਂ ਵੀ ਵਿਚਾਰ ਰਹਿੰਦਾ ਗਰਮ ਚੀਜ਼ਾਂ ਹੁੰਦੀਆਂ ਨੇ। ਹਾਏ ਹਾਏ ਹਾਏ, ਬਸ ਇਹ ਨੁਸਖੇ ਦਾ ਟ੍ਰਿਕ ਹੀ ਇਹੀ ਆ, ਤੁਸੀਂ ਸੁਣਨੇ ਆ ਵੀ ਕਿੰਨੇ ਪਟਾਕੇ ਵੱਜੇ ਆ। ਸੁਣੇ ਨਹੀਂ ਜਾਣੇ, ਅਸੀਂ ਸੁਣ ਗਿਣ ਕੇ ਅਸੀਂ ਕੱਢ ਲਏ ਵੀ ਇੰਨੇ ਪਟਾਕਿਆਂ ਤੋਂ ਕਿੰਨੇ ਆ। ਤੇਰਾ ਨੂੰ ਸੇਕ ਲਵਾ ਲਈ। ਆ ਦੇਖੋ ਵਿੱਚ ਕਾਲੇ ਪੀਲੇ ਆ, ਥੱਲੇ ਕੀ ਆਣ ਤੇ ਇਹ ਵੀ ਤੇਲ ਨੇ। ਅੱਛਾ, ਕਾਲੇ ਤੇ ਸਾਰੇ ਰੇਸਿਜ਼ਮ ਖਤਮ ਕਰਦਾ। ਇੱਕ ਜਮੇ ਚਿੱਟੇ ਨੇ, ਇੱਕ ਕਾਲੇ ਨੇ, ਲਾ ਲੈ ਜਿਵੇਂ ਕਲੌਂਜੀ ਪਾਤੀ। ਉਹ ਬੈਦ ਨਹੀਂ ਕਹਿੰਦਾ ਹੁੰਦਾ ਕਿਹੜਾ ਬੈਦ ਕਾਲੇ ਤਿਲ ਦੋ ਤਿੰਨ ਚੀਜ਼ਾਂ ਦੱਸਦਾ ਹੁੰਦਾ ਗੋਡਿਆਂ ਵਾਸਤੇ ਦੱਸ ਕੇ। ਫਿਰ ਅਮਰ ਨੂਰੀ ਬੈਠੀ ਹੁੰਦੀ ਆ ਨਾਲ, ਕਹਿੰਦਾ ਵੀ ਹੁਣ ਮੈਂ ਕਿਹਾ ਵੀ ਗੁੜ ਪਾ ਲਿਓ, ਕਹਿੰਦਾ ਫੇਰ ਗਈ ਪੁੱਛੀ ਜਾਣਗੀਆਂ ਉਹਨਾਂ ਚ ਕਮੈਂਟਾਂ ਜਾ ਕੇ, ਜੀ ਸ਼ੱਕਰ ਪਾ ਲਈ ਆ ਉਹ ਮਾਏ ਕਮਲਾ। ਮੈਂ ਵੀ ਦੇਖੀ ਹੋਈ ਆ, ਮੈਂ ਵੀ ਦੇਖੀ ਹੋਈ ਆ ਵੀਡੀਓ। ਬਦਾਮ ਆਪਣੇ ਪੰਜਾਬੀਆਂ ਦੇ ਇੱਧਰ ਫੇਵਰੇਟ ਹੀ ਨੇ ਬਦਾਮ ਸਾਰਿਆਂ ਦੇ, ਵੀ ਤਾਕਤ ਦਿਮਾਗ ਵਾਲੀ ਚੀਜ਼ ਹਮੇਸ਼ਾ ਇਹਦੇ ਉੱਤੇ ਸਭ ਤੋਂ ਵੱਧ ਨਿਰਭਰ ਹੁੰਦੇ ਨੇ। ਬਦਾਮ ਖਾ ਲਓ, ਬਦਾਮ ਭਲਵਾਨਾਂ ਨੇ ਸਾਰਿਆਂ ਨੇ ਬਦਾਮ ਖਾਓ, ਬਦਾਮ। ਇਹਦਾ ਚੀਜ਼ਾਂ ਹੁਣ ਪਾਉਣ ਲੱਗ ਗਏ ਲੋਕ, ਅੱਗੇ ਕੁਛ ਨੀ ਸੀ ਪਾਉਂਦੇ, ਮਾੜੀ ਜਿਹੀ ਜਮੈਣ ਪਾ ਕੇ ਲਾ ਦਿੰਦੇ ਸੀ। ਉਹ ਚੀਜ਼ਾਂ ਹੁੰਦੀਆਂ ਵੀ ਘੱਟ ਸੀ, ਪੈਸੇ ਨਹੀਂ ਸੀ ਹੁੰਦੇ ਲੋਕਾਂ ਕੋਲ। ਹਾਂ, ਪੈਸੇ ਵੀ ਸੀਗੇ ਚੀਜ਼ਾਂ ਹੀ, ਕਿਉਂਕਿ ਚੀਜ਼ਾਂ ਹੀ, ਹੁਣ ਤਾਂ ਟਰੱਕ ਚੱਲਦੇ ਨੇ, ਜਹਾਜ਼ ਚੱਲਦੇ ਨੇ, ਟ੍ਰੇਨਾਂ ਚੱਲਦੀਆਂ ਨੇ, ਅੱਗੇ ਸਾਊਥ ਇੰਡੀਆ ਦੀ ਚੀਜ਼ਾਂ ਉਰੇ ਕਿੱਥੇ ਆਉਂਦੀਆਂ ਸੀ, ਪੰਜਾਬ ਇੰਡੀਆ ਉਰੇ ਵਾਲੇ ਕਿੱਥੇ, ਮਾੜੀਆਂ ਮੋਟੀਆਂ ਨੂਣ ਨਾਲ ਹੁੰਦਾ ਸੀ ਵੀ ਬੰਦਾ ਇੰਨੇ ਪਰਹੇਜ਼ ਨਾਲ ਵਰਤਦਾ ਸੀ। ਇਹਨੇ ਡੋਸੇ ਖਾਧੇ ਸੀਗੇ, ਡੋਸੇ ਹੀ ਖਾਧੇ ਸੀ। ਹੁਣ ਮੇਰੇ ਵਰਗਿਆਂ ਦੇ ਡੋਸੇ ਫੇਵਰੇਟ ਹੈ, ਜਿਨ੍ਹਾਂ ਦੀ ਪਹਿਲਾਂ ਖਾਧੇ ਨਹੀਂ। ਬਦਾਮਾਂ ਦੇ ਭਰਾ ਉਹ ਵੈਦ ਇਹ ਵੀ ਕਹਿੰਦਾ ਹੁੰਦਾ ਵੀ ਕਾਜੂ ਨਹੀਂ ਖਾਣੇ ਚਾਹੀਦੇ ਹੈਗੇ। ਕਾਜੂ ਨੂੰ ਤਾਂ ਬਹੁਤ ਕਹਿੰਦੇ ਨੇ, ਬਹੁਤ ਕਹਿੰਦੇ ਨੇ ਵੀ ਇਹ ਖਾਣੇ ਨੀ ਚਾਹੀਦੇ ਨੇ, ਵਧੀਆ ਨੇ, ਕੈਸਟਰੋਲ ਵੱਧਦਾ ਹੈ। ਉਹ ਭਰਾਓ ਅਸੀਂ ਕਿਹੜਾ ਰੋਜ਼ ਖਾਣੇ, ਹੱਸਦਾ ਕਦੇ ਕਦੇ ਖਾਣੇ। ਡਰਾਈ ਫਰੂਟ ਆਲਮੋਸਟ ਸਾਰੀ ਹੋ ਗਏ, ਮਗਜ ਹੋ ਗਏ, ਜਿਨ੍ਹਾਂ ਨੇ ਘਿਓ ਖਾਣਾ। ਹਾਂ, ਇਹ ਤਾਂ ਬਹੁਤ ਖਾਂਦੇ, ਘਿਓ ਹੋਰ ਪਾਉਣਾ ਪੈਣਾ ਮੈਨੂੰ ਲੱਗਦਾ।
बापू की सुई लाल जाती है अंबानी नहीं लगती हाई प्रोटीन चीजा हो गई सारिया आलसी हो गई सारे सीड्स हो गए है बदाम अखरोट चढ़की गर्मी जा रही मशीन यार बड़ी तगड़ी है बड़ी घंट आराम जमी पाउडर ही बनाता उन्हें मिनट च ही बना दी टाइम भी नहीं ला रही बड़ा मैं कहते वधिया है बड़ी गर्म भी नहीं होंगी है मशीन हूँ आ गई अलसी एंड तिलों की वारी ये भी ज्यादा हो जाती है तेल जहाँ निकल जाता है इन्हों रख के कर लो कुछ सकेंट ही कि स्मैल उठी ना अलसी की तो वाली है कि वाली स्ट्रोंग है बड़े कट कट खाते इनी कुत्ते फली जी होंगी बस ए चार कोने जन पढ़ना कट के खा लेने तिल भी अलसी भी जेड़ी भी चीज ग्राइंड होंगी ओरी इन्नी स्मैल चढ़ती होना बूंदा की एनी ज्यादा स्मैल चढ़ी मखाने चल होंगे फिकड़ जाने तो की होना सारा कुछ ग्राइंड कर लिया जिन्या भी चीजा सी आ कुछ बनिया वह हूँ प्लैन बने भी बिच थोड़ा जा आटा पा ही लें एक तो चीजा की स्मैल थोड़ी जी घट जूगी एक क्वांटिटी भी थोड़ी वध जू क्योंकि सारी चीजा बहुत इंटेंस ने गर्मी वाली ने थोड़ा जहा फिर बंदा सुबह सुबह की फिर वध खा लेंदा फिर नुकसान भी कर देने इसलिए थोड़ा जहा आटा पा लें पहला आटा भजाना पैना छोलिया भुने जाने थोड़े जे नरम हो जाएंगे बाकी तो भुने हुए नहीं कभी चीज मैंने घ्यो तो नहीं पाना पैना कि सर जाना जो भी कोई चीज पैंती है खुशबू बदल जाती है हम अलसी वाली पी हम खुशबू होर हो गई जब पहले चने पे सी बेसन और तो होर हो गई अलसी भी बहुत सी कल तो माड़ा जहा पिज्जा बचा सी मैं वह खादा मम्मी भी खिंची जाते हैं कम दाखे कि बारे गल कर दिया तुम डर नहीं लगता जम जे जाती मुड़ के ओ स्वाद जहा नहीं आता रात बनाया पिज्जा थोड़ा जा पिया रखा तो मैं लगता डैडी लई सीगा हुण उच्चो थोड़ा जा सेंसा खा रहे ने बड़ा सवाद आता पिज्जा यार जो मर्जी जिन्ना मर्जी दिखाया गुड़ है ना जो गुड़ से निकल गया टिक्की वाला तो अपने नहीं पाना हूं तो हम अपने बूरा तो शक्कर मिक्स करके पा ली अपना नाप तोल कोई नहीं जी हूं कहते रहते भी तुम दस्या करो किन्ने च कि पैंता पता नहीं की आदत है शुरू तो कदम तोल के बनाई नहीं सीधा ही सिस्टम अपना इदा ही चलना एक तो यार ऐतकी दिवाली नहीं बड़ा मजा आया भी कत्ती की सी अज हैगी एक तरीक है एक तरीक की है ਇਹ ਕਿਸੇ ਨੂੰ ਨਹੀਂ ਪਤਾ ਹੈਗਾ ਮੈਨੂੰ ਆਏ ਸੀ ਵੀ 31 ਵੀ ਆ ਪਰ ਸ਼ਾਮ ਜਦ ਹੋ ਗਈ ਘਰੇ ਕੋਈ ਮਾਹੌਲ ਜਿਹਾ ਹੀ ਨਹੀਂ ਬਣਿਆ ਹੈਗਾ ਹੱਦ ਦੀ ਯਾਰ ਸਵੇਰ ਹੀ ਬੰਬ ਚੱਲਣੇ ਸ਼ੁਰੂ ਹੋ ਗਏ ਨੇ ਸਵੇਰ ਦੇ ਵੱਜ ਰਹੇ ਨੇ ਕੁੱਤੇ ਕੁੱਤੇ ਪੰਛੀ ਵਿਚਾਰੇ ਉਲਝੇ ਪਏ ਨੇ ਕਰਦਿਆਂ ਨੇ ਐ ਨਾ ਟਾਈਮ ਤੇ ਪਲਾਨ ਚੇਂਜ ਕਰਤਾ ਇੱਕ ਦੀ ਬਣਾ ਦੀ ਪਹਿਲਾਂ 31 ਦੀ ਕਰਕੇ ਮੈਨੂੰ ਲੱਗਦਾ ਸੀ ਵੀ ਕਿਤੇ ਜੰਮੀ ਹੋ ਮੈਂ ਵੇਟ ਵੀ ਤਾਂ ਤਿਆਰ ਜਾ ਮਨ ਦੇਖਿਆ ਪਰ ਮੈਂ ਕਿ ਮਾਹੌਲ ਹੀ ਨਹੀਂ ਚਾਚੀ ਕਹਿੰਦੀ ਵੀ ਸਾਰੇ ਜਣੇ ਕਹਿੰਦੇ ਉੱਥੇ ਚਾਚੀ ਮਾਸੀ ਹੋਣਾ ਦਾ ਸ਼ਾਇਦ ਫੋਨ ਆ ਗਿਆ ਸੀ ਚਾਚੀ ਨੂੰ ਨਾ ਤਾਂ ਚਾਚੀ ਜੀ ਕਹਿੰਦੇ ਦਿਵਾਲੀ ਕੱਲ ਨੂੰ ਆ फिर साड़ी अज होगी दिवाली दिवाली वाला ब्लॉग पेपर दो तरीक देखने मिलेगा यह दसो भी कि 31 मनाई है कि 1 मनाई है कई ने तो 2 दिन मनाई कई वाइया भी 2 दिन मना जी पंजीरी बनाई थी डैडी वास्ते वो अगे भी 2 दिन ही मनाते होंगे लोग पता नहीं कहता उलझ गए 2 दिन मना के काम खत्म कर दे डैडी ने तो पंजीरी खा ली वैसे डैडी है नहीं घरे डैडी मुटते गए मैं लगता मैं थोनू खा के दस दिना भी कितने की उदन बस एंड से मिठा पा के थोड़ा जहा भजा के मिक्स करके सारा कुछ
डन हो गया सीगा। खुशबू तो पंजीरी वाली आ रही है, पंजीरी हुई है बहुत ज्यादा स्वाद। पिछली बार मैं टेस्ट की थी सीगी जदा बनाई सी, मैं लगभग ये चीजें ने कई बार शायद स्वाद नहीं लगू पर है पूरी जमी नॉर्मल पंजीरी। लास्ट टाइम मैं खादी सी थोड़ी जी टेस्ट करी सी, बहुत स्वाद बनी हुई सी। आए लगदा चा खाने है भी कुछ ताकत वाली चीज अंदर नु जा रही है ना, नहीं लगदा भी है। एक मैं तो देखी भी बनदी ना सारा कुछ पता की थी पर है ना पता भी है कोई सॉलिड चीज जा रही है। जिवें खोआ खाए ते चुप कर दिया यार, वो बेचारे की करने जी, वो सवेरे सवेरे बम्ब चला के बेचारे दुखी करते। जिवें खोआ खा गया कई चीजा खाए पता लगता हूं भी अंदर कुछ जा रहा है, ऐन पता लग रहा भी अंदर कुछ जा रहा है। खानी है थोड़ी जी चाहिए दवाई वागू, बहुत ज्यादा सवाल। मैं कहते मैं घट पाई इन्हें घट ही पाई पर मैं आना ही लगता भी मैं जिनी जरूरी जरूरी मैं खा चुका हूँ मैं होर नहीं खानी चाहिए। कोई ना रख दो ते बाकी अज देखने दवाई से की कर रहे हैं माड़ा जा तो ताते जाके आना वा ते बाकी रात में देखो की बनता। बंब तो ऐतकी कोई चांस नहीं है बजाने का, ग्रीन दवाली बनावे ऐतकी तो मिलेंगे जी आप सारे अगली वीडियो। हैप्पी दिवाली जी, अज ही है दिवाली तो वैसे सारे प्यार भरी सत श्री अकाल।